ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ 8TT 234 ਤੇ 6635 ਦੀ ਭਰਤੀ ਨੂੰ ਲੈ ਕੇ ਗੱਲ ਕਰਨ ਵਾਲੇ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਕੱਲ 15 ਮਾਰਚ ਨੂੰ ਜਿਹੜੀ ਹੈ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਬੀਐਡ ਤੇ 80ਟੀ ਦਾ ਜਿਹੜਾ ਕੇਸ ਲੱਗਾ ਹੈ ਉਸ ਨੂੰ ਲੈ ਕੇ ਤਾਂ ਬਹੁਤ ਸਾਰੇ ਕੈਂਡੀਡੇਟਸ ਦੇ ਕਮੈਂਟਸ ਆ ਰਹੇ ਨੇ ਕਿ ਮੈਮ ਬੀਐਡ ਆਊਟ ਹੋਈ ਹੈ ਜਾਂ ਨਹੀਂ ਤੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਜਿਹੜੀ ਬੀਐਡ ਹੈ ਉਸ ਨੂੰ ਪ੍ਰਾਇਮਰੀ ਟੀਚਰ ਦੇ ਬਰਾਬਰ ਜਿਹੜਾ ਵਿਚਾਰਨ ਦੀ ਗੱਲ ਕੀਤੀ ਜਾ ਰਹੀ ਹੈ ਠੀਕ ਹੈ ਮਤਲਬ ਕਿ ਦਿੱਲੀ ਦੇ ਵਿੱਚ ਜਿਹੜੇ ਬੀਐਡ ਵਾਲੇ ਕੈਂਡੀਡੇਟਸ ਨੇ ਉਹਨਾਂ ਨੂੰ ਐਲੀਜੀਬਲ ਕਰ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਗੱਲ ਕਰੀਏ ਸੁਪਰੀਮ ਕੋਰਟ ਦਾ ਕੀ ਫੈਸਲਾ ਰਿਹਾ ਹੈ ਤੇ ਹੁਣ ਅਗਲੀ ਸੁਣਵਾਈ ਕਦੋਂ ਹੋਵੇਗੀ ਤੇ ਜਿਹੜਾ ਮੇਜਰ ਕੁਐਸ਼ਨਸ ਆ ਰਹੀ ਹੈ ਕੈਂਡੀਡੇਟਸ ਦਾ ਸੁਣਨ ਨੂੰ ਮਿਲ ਰਿਹਾ ਉਹ ਇਹ ਹੈ ਕਿ 6635 ਭਰਤੀ ਚ ਬੀਅਰਡ ਆਊਟ ਹੈ ਜਾਂ ਨਹੀਂ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਿੰਨੇ ਤੁਸੀਂ ਪੁਆਇੰਟ ਦੇਖ ਰਹੇ ਹੋ ਇਹਨਾਂ ਸਾਰੇ ਪੁਆਇੰਟਸ ਤੇ ਗੱਲ ਕੀਤੀ ਜਾਵੇਗੀ ਠੀਕ ਹੈ ਦੇਖੋ ਤੁਹਾਡਾ ਕੱਲਾ-ਕੱਲਾ ਡਾਊਟ ਇਸ ਵੀਡੀਓ ਦੇ ਵਿੱਚ ਕਲੀਅਰ ਹੋ ਜਾਵੇਗਾ ਚਾਹੇ ਕਿਸੇ ਵੀ ਭਰਤੀ ਨੂੰ ਲੈ ਕੇ ਹੈ 23 ਚੋਂ ਨੂੰ 6635 ਨੂੰ 9894 ਨੂੰ ਠੀਕ ਹੈ ਤਾਂ ਇਸ ਕਰਕੇ ਡਿਟੇਲ ਨਾਲ ਬਿਲਕੁਲ ਪੂਰੇ ਧਿਆਨ ਨਾਲ ਤੁਸੀਂ ਮੇਰੇ ਗੱਲ ਨੂੰ ਸੁਣਿਓ ਵੀਡੀਓ ਦੇ ਐਂਡ ਤੱਕ ਤੁਹਾਡਾ ਹਰ ਇੱਕ ਡਾਊਟ ਜਿਹੜਾ ਕਲੀਅਰ ਹੋ ਜਾਏਗਾ ਦੇਖੋ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਬੀਐਡ ਦੀ ਮੈਂ ਤੁਹਾਨੂੰ ਦੱਸ ਦਵਾਂ ਜੇਕਰ ਤੁਸੀਂ ਕੱਲ ਦੀ ਨਿਊਜ਼ ਦੇਖੀ ਹੈ ਮੈਂ ਤੁਹਾਨੂੰ ਨਿਊਜ਼ ਵੀ ਦਿਖਾ ਦਿੰਨੀ ਆ ਆ ਦੇਖ ਸਕਦੇ ਹੋ ਤੁਸੀਂ ਹੈਡਲਾਈਨ ਸੁਪਰੀਮ ਕੋਰਟ ਨੇ ਰਾਜ ਸਰਕਾਰ ਕੋ ਦੀ ਬੜੀ ਰਾਹਤ ਜਿਹੜੀ ਆਪਣੀ ਸਟੇਟ ਗਵਰਨਮੈਂਟਸ ਨੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਜਿਹੜੀ ਰਾਹਤ ਦੇ ਦਿੱਤੀ ਗਈ ਹੈ ਠੀਕ ਹੈ ਮੈਂ ਤੁਹਾਨੂੰ ਸਮਝਾ ਦੰਨੀ ਹੈ ਕੀ ਗੱਲ ਹੋ ਰਹੀ ਹੈ ਜਿਹੜੇ ਬੀਐਡ ਵਾਲੇ ਕੈਂਡੀਡੇਟਸ ਨੇ ਠੀਕ ਹੈ ਬੀਐਡ ਵਾਲੇ ਪਟੀਸ਼ਨਰ ਨੇ ਜਿਨ੍ਹਾਂ ਨੇ ਕੇਸ ਲਗਾਇਆ ਹੋਇਆ ਸੀ ਉਹ ਜਿਹੜੇ ਨੇ ਕੱਲ ਕੇਸ ਹਾਰ ਚੁੱਕੇ ਨੇ ਸਿੱਧੀ ਸਿੱਧੀ ਗੱਲ ਪਾਹੀ ਕਹਿ ਸਕਦੇ ਹਾਂ ਠੀਕ ਹੈ ਜਿਹੜੇ ਬੀਐਡ ਵਾਲੇ ਕੈਂਡੀਡੇਟਸ ਨੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਹਾਮੀ ਨਹੀਂ ਭਰੀ ਹੈਗੀ ਠੀਕ ਹੈ ਕਿਉਂਕਿ ਬੀਆਰ ਵਾਲੇ ਜਿਹੜੇ ਪਟੀਸ਼ਨਰ ਸੀ ਉਹਨਾਂ ਵੱਲੋਂ ਦੇਖੋ ਮੰਗ ਕੀਤੀ ਜਾ ਰਹੀ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਜਿਹੜੀਆਂ ਭਰਤੀਆਂ ਨੇ ਉਸਤੇ ਸਟੇ ਲਾਈ ਜਾਵੇ ਪਰ ਤੁਹਾਨੂੰ ਦੱਸ ਦਈਏ ਕੱਲ ਦੀ ਸੁਪਰੀਮ ਕੋਰਟ ਦੇ ਵਿੱਚ ਜੋ ਵੀ ਸੁਣਵਾਈ ਹੋਈ ਹੈ ਉਸ ਦੇ ਵਿੱਚ ਜਿਹੜਾ ਹੱਕ ਹੈ ਉਹ ਇੱਕ ਹਿਸਾਬ ਨਾਲ ਈਟੀਟੀ ਦੇ ਪੱਖ ਦੇ ਵਿੱਚ ਆਇਆ ਹੈ ਠੀਕ ਹੈ ਦੇਖੋ ਜਿਹੜੀ ਬੀਆਰ ਹੈ ਬੀਆਰ ਨੂੰ ਜਿਹੜਾ ਉਹਨਾਂ ਨੇ ਹੈ ਸੁਪਰੀਮ ਕੋਰਟ ਨੇ ਹੈ ਅਲਾਉ ਨਹੀਂ ਕਰਿਆ ਹੈਗਾ ਠੀਕ ਹੈ ਪ੍ਰਾਇਮਰੀ ਟੀਚਰ ਲੱਗਣ ਦੇ ਲਈ ਤਾਂ ਫਿਰ ਵੀ ਜਿਹੜੇ ਬਹੁਤ ਸਾਰੇ ਕੈਂਡੀਡੇਟਸ ਨੇ ਉਹਨਾਂ ਦਾ ਇਹ ਕੁਐਸਚਨ ਹੈ ਕਿ ਮੈਮ ਹੁਣ ਜਿਹੜੀ ITT 6835 ਦੀ ਭਰਤੀ ਹੈ ਤੇ 2364 ਭਰਤੀ ਹੈ ਕਿ ਉਸ ਦੇ ਵਿੱਚ ਹੁਣ B.Ed ਆਊਟ ਆ ਜਾਂ ਇੰਨਾ ਤਾਂ ਇਸ ਪੁਆਇੰਟ ਤੇ ਵੀ ਆਪਾਂ ਗੱਲ ਕਰਨ ਵਾਲੇ ਆ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਬੀਐਡ ਦੇਖੋ ਤੁਸੀਂ ਕਿੰਡੀ ਵੱਡੀ ਇਹ ਗੱਲ ਹੈ ਕਿ 15500 ਜਿਹੜੀ ਪੋਸਟਾਂ ਨੇ ਉਹ ਸਿਰਫ ਔਰ ਸਿਰਫ ਰੁਕੀਆਂ ਹੋਈਆਂ ਸਨ ਬੀਐਡ ਕਰਕੇ ਠੀਕ ਹੈ ਬੀਐਡ ਤੇ ਈਟੀਟੀ ਦੇ ਜਿਹੜਾ ਮੁੱਦਾ ਹੈ ਸਿਰਫ ਉਸ ਨੂੰ ਲੈ ਕੇ 15000 ਪਲੱਸ ਪੋਸਟਾਂ ਜਿਹੜੀਆਂ ਨੇ ਰੁਕੀਆਂ ਹੋਈਆਂ ਨੇ ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਨਾ ਕਿ ਪੰਜਾਬ ਦੇ ਵਿੱਚ 683526 ਇਸੇ ਤਰ੍ਹਾਂ ਵੱਖ-ਵੱਖ ਸਟੇਟ ਜਿਹਾ Rajasthan ਹੋ ਗਈਆਂ ਠੀਕ ਹੈ Rajasthan ਹੋ ਗਿਆ ਐਦਾਂ ਦੀਆਂ ਬਹੁਤ ਸਾਰੀਆਂ ਸਟੇਟਸ ਨੇ ਜਿੱਥੇ ਕਿ ਈਟੀਟੀ ਦੀਆਂ ਪੋਸਟਾਂ ਰੁਕੀਆਂ ਹੋਈਆਂ ਨੇ ਤਾਂ ਹੁਣ ਲਗਭਗ ਸੁਪਰੀਮ ਕੋਰਟ ਦੀ ਕੱਲ ਦੀ ਸੁਣ ਕੱਲ ਮੈਂ ਕਿ ਡੇਢ ਘੰਟੇ ਤੋਂ ਵੱਧ ਜਿਹੜੀ ਆਪਣੇ ਕੇਸ ਤੇ ਸੁਣਵਾਈ ਕੀਤੀ ਗਈ ਆ ਕੱਲ ਤੇ ਉਸ ਦੇ ਵਿੱਚ ਜਿਹੜਾ ਕਲੀਅਰ ਕਰ ਦਿੱਤਾ ਗਿਆ ਕਿ ਜਿੰਨੀਆਂ ਵੀ ਪੋਸਟਾਂ ਆਊਟ ਹੋਈਆਂ ਨੇ ਈਟੀਟੀ ਦੀਆਂ ਠੀਕ ਹੈ ਉਹ ਜਿਹੜੀਆਂ ਨੇ ਪੂਰੀਆਂ ਕੀਤੀਆਂ ਜਾਣ ਚਾਹੀਏ ਉਹ ਪੰਜਾਬ ਦੀ ਹੋਵੇ ਚਾਹੇ ਰਾਜਸਥਾਨ ਜਾਂ ਕਿਸੇ ਵੀ ਸਟੇਟ ਦੀ ਹੋਵੇ ਠੀਕ ਹੈ ਤਾਂ ਇੱਕ ਹਿਸਾਬ ਨਾਲ ਆਪਾਂ ਇਹ ਕਹਿ ਸਕਦੇ ਕਿ ਬੀਐਡ ਵਾਲੇ ਜਿਹੜੇ ਨੇ ਕੱਲ ਆਪਣੀ ਸੁਣਵਾਈ ਦੇ ਵਿੱਚ ਕੇਸ ਹਾਰ ਚੁੱਕੇ ਨੇ ਉਹਨਾਂ ਨੇ ਸਟੇ ਮੰਗੀ ਸੀ ਤੇ ਜਿਹੜੇ ਆਪਣੇ ਸੁਪਰੀਮ ਕੋਰਟ ਨੇ ਉਹਨਾਂ ਨੇ ਸਟੇ ਨਹੀਂ ਦਿੱਤੀ ਹੈਗੀ ਠੀਕ ਹੈ ਤਾਂ ਇੱਕ ਪੁਆਇੰਟ ਤੁਸੀਂ ਕਲੀਅਰ ਰੱਖੋ ਕਿ ਜਿਹੜੀ 6835 ਭਰਤੀ ਹੈ ਉਸ ਦੇ ਵਿੱਚ ਬੀਐਡ ਨਹੀਂ ਆਣ ਵਾਲੀ ਹੈਗੀ ਠੀਕ ਹੈ ਇਸ ਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਲਕੁਲ ਬਿਠਾ ਲਓ ਗੱਲ ਨੂੰ 6835 ਭਰਤੀ ਨਿਰੋਲ ਐਟੀਟੀ ਦੀ ਭਰਤੀ ਜਿਹੜੀ ਹੈ ਭਰੀ ਜਾਵੇਗੀ ਠੀਕ ਹੈ 23 64 ਤੇ ਵੀ ਆਪਾਂ ਗੱਲ ਕਰਾਂਗੇ ਉਹ ਆਪਾਂ ਅੱਗੇ ਗੱਲ ਤਾਂ 6435 ਦੀ ਜਿਹੜੀ ਭਰਤੀ ਹੈ ਉਹ ਨੀਰੋਲ ETT ਦੀ ਭਰਤੀ ਕੰਪਲੀਟ ਹੋਵੇਗੀ ਠੀਕ ਹੈ ਉਸ ਤੋਂ ਬਾਅਦ ਗੱਲ ਕਰ ਲਈਏ ਸੈਕਿੰਡ ਪੁਆਇੰਟ ਦੀ ਦਿੱਲੀ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਦਿੱਲੀ ਦਾ ਬੋਰਡ ਹੁੰਦਾ ਹੈ ਤੁਸੀਂ ਪੜਿਆ ਹੋਵੇਗਾ DRTRP+B ਠੀਕ ਹੈ ਡੀਟ੍ਰਿਪਲ ਐਸਬੀ ਜਿਹੜੀ ਹੈ ਬੋਰਡ ਹੈ ਉਹਨਾਂ ਵੱਲੋਂ ਜਿਹੜੀ ਹੈ ਬੀਐਡ ਨੂੰ ਇਲੀਜੀਬਲ ਕਰ ਦਿੱਤਾ ਗਿਆ ਹੈ ਤਾਂ ਦੇਖੋ ਮੈਂ ਤੁਹਾਨੂੰ ਇਹ ਪੁਆਇੰਟ ਕਲੀਅਰ ਕਰਦਾ ਕਿ ਦਿੱਲੀ ਦੇ ਵਿੱਚ ਬੀਐਡ ਇਲੀਜੀਬਲ ਹੋਣ ਦੇ ਨਾਲ ਆਪਣੀਆਂ ਪੋਸਟਾਂ ਤੇ ਕੋਈ ਅਸਰ ਨਹੀਂ ਹੋਣ ਵਾਲਾ ਠੀਕ ਹੈ ਜਿਹੜੇ ਕੈਂਡੀਡੇਟਸ ਦੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਆਏ ਸਨ ਕਿ ਮੈਮ ਦਿੱਲੀ ਦੇ ਵਿੱਚ ਬੀਐਡ ਇਲੀਜੀਬਲ ਹੈ ਤਾਂ ਆਪਣੇ ਵੀ ਇੱਧਰ ਹੋਵੇਗੀ ਤਾਂ ਮੈਂ ਉਹਨਾਂ ਦੱਸ ਦਵਾਂ ਕਿ ਦੇਖੋ ਸੁਪਰੀਮ ਕੋਰਟ ਜਦੋਂ ਕਹਿ ਰਹੀ ਹੈ ਕਿ ਸਟੇਟ ਦੇ ਵਿੱਚ ਜਿੰਨੀਆਂ ਵੀ ਭਰਤੀਆਂ ਨੇ ਉਹਨਾਂ ਨੂੰ ਜਸਟ ਈਟੀਟੀ ਦੇ ਪੱਖ ਦੇ ਵਿੱਚ ਹੀ ਕੰਪਲੀਟ ਕੀਤਾ ਜਾਵੇ ਤਾਂ ਫਿਰ ਦਿੱਲੀ ਦੇ ਵਿੱਚ ਇਲੀਜੀਬਲ ਹੋਵੇ ਨ ਠੀਕ ਹੈ ਤਾਂ ਇਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖੋ ਦਿੱਲੀ ਦਾ ਜੋ ਵੀ ਬੋਰਡ ਹੈ ਉਹ ਆਪਣਾ ਆਪਣੇ ਅਕੋਰਡਿੰਗ ਦੇਖੇਗਾ ਆਪਾਂ ਨੂੰ ਜਸਟ ਆਪਣੀ ਭਰਤੀ ਤੱਕ ਦਾ ਹੀ ਹੋਣਾ ਚਾਹੀਦਾ ਹੈ ਕਿ ਆਪਣੇ ਦੇ ਵਿੱਚੋਂ ਬੀਆਰ ਜਿਹੜੀ ਹੈ ਆਊਟ ਹੈ ਠੀਕ ਹੈ ਉਸ ਤੋਂ ਬਾਅਦ ਗੱਲ ਕਰ ਲਈਏ ਦੇਖੋ ਹੁਣ ਸੁਪਰੀਮ ਕੋਰਟ ਦਾ ਫੈਸਲਾ ਕੱਲ ਦੀ ਸੁਣਵਾਈ ਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਜਿਹੜੀ ਨੈਕਸਟ ਤਰੀਕ ਹੈ ਉਹ ਮਈ ਦੀ ਪਈ ਹੈ ਠੀਕ ਹੈ ਲਗਭਗ 4 ਜਾਂ 5 ਹਫ਼ਤੇ ਬਾਅਦ ਜਿਹੜੀ ਸੁਣਵਾਈ ਹੋਵੇਗੀ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਨੂੰ ਲੈ ਕੇ ਪਰ ਤੁਹਾਨੂੰ ਦੱਸ ਦਈਏ ਸੁਪਰੀਮ ਕੋਰਟ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿੰਨੀਆਂ ਵੀ ਭਰਤੀਆਂ ਨੇ ਉਹ ਸੁਪਰੀਮ ਕੋਰਟ ਦੇ ਅਧੀਨ ਰਹਿਣਗੀਆਂ ਤਾਂ ਹੁਣ ਤੁਹਾਡੇ ਮਨ ਦੇ ਵਿੱਚ ਡਾਊਟ ਆ ਰਿਹਾ ਹੋਵੇਗਾ ਕਿ ਜੇਕਰ ਜਿਹੜੀ ਸੁਣਵਾਈ ਆ 4-5 ਹਫ਼ਤਿਆਂ ਤੇ ਬਾਅਦ ਹੋਏਗੀ ਤਾਂ ਫਿਰ ਭਰਤੀਆਂ ਦਾ ਕੀ ਬਣੇਗਾ ਤਾਂ ਮੈਂ ਤੁਹਾਨੂੰ ਦੱਸ ਦਵਾਂ ਦੇਖੋ ਜਿਹੜੀ ਸੁਪਰੀਮ ਕੋਰਟ ਹੈ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੀਆਂ ਭਰਤੀਆਂ ਨੇ ਉਹਨਾਂ ਨੂੰ ਕੰਪਲੀਟ ਕੀਤਾ ਜਾਵੇ ਠੀਕ ਹੈ ਉਹਨਾਂ ਨੇ ਸਟੇ ਨਹੀਂ ਦਿੱਤੀ ਸੁਪਰੀਮ ਕੋਰਟ ਨੇ ਠੀਕ ਹੈ ਜੇਕਰ ਮੰਨ ਲਓ ਕਰ ਲਓ ਲੱਗ ਜਾਂਦੀ ਤਾਂ ਫਿਰ ਆਪਾਂ ਕਹਿ ਸਕਦੇ ਸੀ ਕਿ ਇਹ ਭਰਤੀਆਂ ਜਿਹੜੀਆਂ ਨੇ ਰੁੱਲਣਗੀਆਂ ਪਰ ਹੁਣ ਦੇਖੋ ਸੁਪਰੀਮ ਕੋਰਟ ਨੇ ਕੋਈ ਸਟੇ ਨਹੀਂ ਲਗਾਈ ਹੁਣ ਦੇਖੋ ਭਰਤੀਆਂ ਕਿਵੇਂ ਪੂਰੀਆਂ ਹੋਣਗੀਆਂ ਮੈਂ ਤੁਹਾਨੂੰ ਦੱਸ ਦਵਾਂ ਦੇਖੋ ਭਰਤੀਆਂ ਪੂਰੀਆਂ ਕਰਨੀਆਂ ਡਿਪਾਰਟਮੈਂਟ ਦੇ ਹੱਥ ਹੈ ਠੀਕ ਹੈ ਡਿਪਾਰਟਮੈਂਟ ਜਿਹੜਾ ਆਪਣਾ ਐਜੂਕੇਸ਼ਨ ਡਿਪਾਰਟਮੈਂਟ ਹੈ ਮੈਂ ਪੰਜਾਬ ਦੀ ਗੱਲ ਕਰ ਰਹੀਆਂ ਸਿਰਫ ਠੀਕ ਹੈ 683523 ਚੋਟ ਡਿਪਾਰਟਮੈਂਟ ਦੇ ਹੱਥ ਹੈ ਭਰਤੀਆਂ ਪੂਰੀਆਂ ਕਰਨਾ ਸੈਕੰਡ ਗੱਲ ਕਰ ਲਈਏ ਜੀ ਤਾਂ ਉਹ ਹੈਗਾ ਸਰਕਾਰ ਦੇ ਠੀਕ ਹੈ ਆਪਾਂ ਨੂੰ ਪਤਾ ਆਮ ਆਦਮੀ ਪਾਰਟੀ ਬਣ ਚੁੱਕੀ ਹੈ ਤੇ ਡਿਪਾਰਟਮੈਂਟ ਵੱਲ ਪੂਰੀ ਕਰਨ ਦੇ ਲਈ ਠੀਕ ਹੈ ਤਾਂ ਇਹ ਪੁਆਇੰਟ ਤੁਸੀਂ ਕਲੀਅਰ ਰੱਖੋ ਕਿ ਸੁਪਰੀਮ ਕੋਰਟ ਦਾ ਫੈਸਲਾ ਤੁਸੀਂ ਇਹ ਮੰਨ ਕੇ ਚੱਲੋ ਕਿ 8TT ਦੇ ਹੱਕ ਦੇ ਵਿੱਚ ਹੀ ਹੈ ਠੀਕ ਹੈ ਤਾਂ ਹੁਣ ਇਹ ਭਰਤੀਆਂ ਜਿਹੜੀਆਂ ਨੇ ਲਟਕੀਆਂ ਪਈਆਂ ਨੇ ਇਹ ਸਿਰਫ ਔਰ ਸਿਰਫ ਈਟੀਟੀ ਦੇ ਪੱਖ ਦੇ ਵਿੱਚ ਹੀ ਕੰਪਲੀਟ ਹੋਣਗੀਆਂ ਅਗਲੀ ਸੁਣਵਾਈ ਮੈਂ ਤੁਹਾਨੂੰ ਦੱਸਦੀ 4 ਹਫ਼ਤੇ ਬਾਅਦ ਹੁਣ ਦੇਖੋ 6835 ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ BEd ਬਿਲਕੁਲ ਆਊਟ ਹੈ ਠੀਕ ਹੈ ਇਹ ਪੁਆਇੰਟ ਤੁਸੀਂ ਕਲੀਅਰ ਰੱਖੋ 6835 ਦੇ ਭਰਤੀ ਵਿੱਚ BEd ਨਹੀਂ ਆਣ ਵਾਲੀ ਹੈਗੀ ਦੇਖੋ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ 6835 ਦਾ ਨੋਟੀਫਿਕੇਸ਼ਨ ਆਊਟ ਹੋਇਆ ਸੀ ਠੀਕ ਹੈ ਜਦੋਂ 6635 ਦਾ ਪੇਪਰ ਹੋਇਆ ਸੀ ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਇਹ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਬੀਐਡ ਵਾਲੇ ਇਸ ਪੇਪਰ ਦੇ ਵਿੱਚ एलिजिਬਲ ਨਹੀਂ ਹੈਗੇ ਮਤਲਬ ਕਿ ਪੇਪਰ ਤਾਂ ਦੇ ਸਕਦੇ ਨੇ ਲੇਕਿਨ ਪੋਸਟਾਂ ਤੇ ਜਿਹੜੇ ਉਹ ਲੱਗ ਨਹੀਂ ਸਕਦੇ ਹੈਗੇ ਠੀਕ ਹੈ ਸਾਫ਼ ਤੌਰ ਤੇ ਇਹ ਗੱਲ ਕਹੀ ਗਈ ਸੀ ਤਾਂ ਹੀ ਮੈਂ ਪੁਆਇੰਟ ਤੁਹਾਨੂੰ ਸਟਾਰ ਮਾਰਕ ਕਰਕੇ ਦੱਸ ਰਹੀ ਹਾਂ ਕਿ 6635 ਦੇ ਵਿੱਚ ਜੇਕਰ ਕੋਈ ਚਾਹੇ ਮੰਨ ਲਓ ਤੁਸੀਂ ਇਹ ਮੰਨ ਕੇ ਚੱਲੋ ਮੰਨ ਲਓ ਬੀਐਡ ਨੂੰ ਨਾਲ ਮਿਲਾ ਲਿਆ ਵੀ ਹਾਂ ਬੀਐਡ ਜਿਹੜੀ ਹੈ ਅਪਲਾਈ ਕਰ ਸਕਦੇ ਆ ਪ੍ਰਾਇਮਰੀ ਟੀਚਰ ਦੇ ਵਿੱਚ ਪਰ ਤੁਸੀਂ ਇਹ ਦੇਖੋ ਕਿ ਅਕੋਰਡਿੰਗ ਟੂ ਨੋਟੀਫਿਕੇਸ਼ਨ ਹੀ ਭਰਤੀ ਕੰਪਲੀਟ ਹੁੰਦੀ ਹੈ ਠੀਕ ਹੈ ਤਾਂ 6835 ਦੀ ਜਿਹੜੀ ਭਰਤੀ ਹੈ ਉਸ ਦੇ ਨੋਟੀਫਿਕੇਸ਼ਨ ਦੇ ਅਕੋਰਡਿੰਗ ਜਿਹੜੀ ਹੈ ਬੀਐਡ ਆਊਟ ਹੋਏਗੀ ਕਿਉਂਕਿ ਇੱਕ ਦਿਨ ਪਹਿਲਾਂ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਸੀ ਠੀਕ ਹੈ ਤਾਂ ਜਿਹੜੀ ਬੀਐਡ ਹੈ ਉਹ ਬਾਹਰ ਹੈ 6835 ਦੇ ਵਿੱਚੋਂ ਤਾਂ ਹੁਣ ਗੱਲ ਕਰ ਲਈ 23 ਚੋਣ ਦੀ ਤਾਂ ਦੇਖੋ ਮੈਂ ਤੁਹਾਨੂੰ ਇੱਕ ਪੁਆਇੰਟ ਕਲੀਅਰ ਕਰ ਦਵਾਂ 23 ਚੌੜ ਭਰਤੀ ਬਾਰੇ ਆਪਾਂ ਫਿਲਹਾਲ ਕੁਝ ਨਹੀਂ ਕਹਿ ਰਹੇ ਹੈਗੇ ਕਿਉਂਕਿ ਦੇਖੋ ਜਿਹੜੀ 23 ਚੌੜ ਭਰਤੀ ਹੈ ਉਹ ਬਹੁਤ ਜ਼ਿਆਦਾ ਪੁਰਾਣੀ ਹੈ ਠੀਕ ਹੈ ਤੇ ਜਿਹੜਾ ਇਹ ਕੇਸ ਲੱਗਿਆ ਹੋਇਆ ਹੈ ਬੀਐਡ ਨੂੰ ਲੈ ਕੇ ਇਹ ਲੱਗਿਆ ਜੀ 2021 ਦੇ ਵਿੱਚ ਤੇ ਚਈ 23 ਚੌੜ ਦੀਆਂ ਪੋਸਟਾਂ ਨੇ 2020 ਦੀਆਂ ਠੀਕ ਹੈ ਤਾਂ ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਜਿਹੜਾ ਹੁਣ ਦਾ ਫੈਸਲਾ ਹੈ ਉਹ ਸ਼ਾਇਦ 23 ਚੌੜ ਭਰਤੀ ਤੇ ਲਾਗੂ ਨਾ ਹੋਵੇ ਠੀਕ ਹੈ ਲੇਕਿਨ ਜੇਕਰ ਲਾਗੂ ਹੁੰਦਾ ਹੈ 23 ਚੌਣ ਭਰਤੀ ਤੇ ਤਾਂ ਤਾਂ ਮੈਨੂੰ ਦੱਸ ਦਵਾ 23 ਚੌਣ ਦੇ ਵਿੱਚ ਸਿਰਫ 7 ਜਾਂ 8 700 ਜਾਂ 800 ਕੈਂਡੀਡੇਟ ਹੀ ਆ ਜਿਹੜਾ ਈਟੀਟੀ ਦੇ ਆ ਹੈ ਬਾਕੀ ਸਾਰੇ ਬੀਐਡ ਵਾਲੇ ਨਹੀਂ 23 ਚੌਣ ਭਰਤੀ ਦੇ ਵਿੱਚ ਤਾਂ ਤੁਸੀਂ ਆਪ ਸੋਚੋ ਜੇਕਰ 23 ਚੌਣ ਭਰਤੀ ਸਿਰਫਰ ਸਿਰਫ ਨਿਊਰੋਲ ਈਟੀਟੀ ਹੁੰਦੀ ਹੈ ਤਾਂ ਮੈਰਿਟ 6835 ਤੇ ਕਿੰਨਾ ਜ਼ਿਆਦਾ ਅਸਰ ਹੋਵੇਗਾ ਤੁਸੀਂ ਆਪ ਸਮਝਦਾਰੋ ਠੀਕ ਹੈ ਤਾਂ 23 ਚੌਣ ਭਰਤੀ ਬਾਰੇ ਸਿਰਫ ਮੈਂ ਐਨਾ ਕਹਾਂਗੀ ਕਿ ਇਹ ਡਿਪਾਰਟਮੈਂਟ ਦੇ ਹੱਥ ਹੈ ਠੀਕ ਹੈ ਇਸ ਦੇ ਵਿੱਚ ਸੁਪਰੀਮ ਕੋਰਟ ਨੇ ਨਾ ਤਾਂ ਇਹ ਕਿਹਾ ਹੈ ਕਿ ਬੀਆਰ ਨੂੰ ਜਿਹੜਾ ਹੈ ਪੁਰਾਣੀਆਂ ਭਰਤੀਆਂ ਤੇ ਲਾਗੂ ਕੀਤਾ ਜਾਵੇ ਨਾ ਨਾ ਕੀਤਾ ਜਾਵੇ ਇਹ ਹੁਣ ਦੇਖੋ 23 ਚੌਣ ਭਰਤੀਆ ਡਿਪਾਰਟਮੈਂਟ ਦੇ ਹੱਥ ਹੈ ਠੀਕ ਹੈ ਡਿਪਾਰਟਮੈਂਟ ਨੂੰ ਜਿੱਦਾਂ ਸਹੀ ਲੱਗੇ ਉਹ ਪੂਰੀ ਕਰ ਸਕਦਾ ਹੈ ਚਾਹੀ ਬੀਆਰ ਨੂੰ ਆਊਟ ਕਰਕੇ ਚਾਹੀ ਬੀਆਰ ਨੂੰ ਰੱਖ ਕੇ ਠੀਕ ਹੈ ਤਾਂ 23 ਚੌਣ ਨੂੰ ਆਪਾਂ ਫਿਲਹਾਲ ਸਾਈਡ ਤੇ ਰੱਖ ਕੇ ਚੱਲ ਰਹੇ ਹਾਂ ਪਰ ਜੇਕਰ 23 ਚੌਂਡ ਦੀ ਵਿੱਚੋਂ ਬੀ ਐਡ ਆਊਟ ਹੋ ਰਹੀ ਹੈ ਤਾਂ 6 35 ਦੇ ਵਿੱਚੋਂ ਕੋਈ ਵੀ ਕੈਂਡੀਡੇਟ ਜਿਹੜਾ ਰਹਿਣ ਨੀ ਵਾਲਾ ਹੈਗਾ ਸਾਰੇ ਹੀ ਕੈਂਡੀਡੇਟ ਸੈਲੈਕਟ ਹੋ ਜਾਣਗੇ ਠੀਕ ਹੈ ਤਾਂ ਇਹ ਪੁਆਇੰਟ ਵੀ ਤੁਸੀਂ ਧਿਆਨ ਦੇ ਵਿੱਚ ਰੱਖੋ ਤੇ ਜਿਹੜੇ ਵਲੰਟੀਅਰ ਨੇ ਦੇਖੋ ਹਾਂ ਤੁਹਾਡੇ ਸੱਚ ਮੇਰੇ ਮਨ ਦੇ ਵਿੱਚ ਆ ਗਿਆ ਇੱਕ ਵਲੰਟੀਅਰ ਵਾਲਾ ਡਾਊਟ ਵੀ ਕਿਸੇ ਨੇ ਮੈਨੂੰ ਪੁੱਛਿਆ ਸੀ ਕਿ ਵਲੰਟੀਅਰ ਤੇ 10 10 ਨੰਬਰ ਕਟਣਗੇ ਜਾਂ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਵਾਂ 23 ਚੌਂਡ ਦੇ ਵਿੱਚ ਇੱਥੇ 23 34 ਲਿਖਿਆ ਗਿਆ 23 ਚੌਂਡ ਭਰਤੀ ਦੇ ਵਿੱਚ ਵਲੰਟੀਅਰ ਜਿਹੜੇ ਨੇ ਉਹ ਬਾਹਰ ਨੇ ਠੀਕ ਹੈ ਉਹਨਾਂ ਨੂੰ ਜਾਂ ਤਾਂ ਡਾਇਰੈਕਟ ਪੱਕਾ ਕੀਤਾ ਜਾਵੇਗਾ ਜਾਂ ਫਿਰ ਉਹਨਾਂ ਨੂੰ ਜਸਟ ਆਊਟ ਕੀਤਾ ਜਾਵੇਗਾ ਠੀਕ ਹੈ ਕਿਉਂਕਿ ਦੇਖੋ 23 ਚੌਣ ਭਰਤੀ ਹੈ ਉਸ ਦੇ ਵਿੱਚ ਵਲੰਟੀਅਰ ਨਹੀਂ ਆਣ ਵਾਲੇ ਠੀਕ ਹੈ ਕਿਉਂਕਿ ਵਲੰਟੀਅਰ ਦੇ ਲਈ ਲੱਗ ਤੋਂ ਐਂਟੀਟੀ ਦਾ ਜਿਹੜੀਆਂ ਨੇ ਪੋਸਟਾਂ ਆਊਟ ਕੀਤੀਆਂ ਗਈਆਂ ਸਨ ਇਸ ਕਰਕੇ ਜਾਂ ਤਾਂ ਉਹਨਾਂ ਦਾ ਐਗਜ਼ਾਮ ਹੋਵੇਗਾ ਜਾਂ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ ਡਾਇਰੈਕਟ ਠੀਕ ਹੈ ਤਾਂ ਉਹ ਇੱਕ ਗੱਲ ਵੱਖਰੀ ਹੈ ਆਪਾਂ 23 ਚੌਣ ਨੂੰ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਹਜੇ ਇਹ ਫਿਲਹਾਲ ਆਪਾਂ ਪੈਂਡਿੰਗ ਚ ਲੈ ਕੇ ਚੱਲ ਰਹੇ ਹਾਂ ਠੀਕ ਹੈ ਲੇਕਿਨ ਜਿਹੜੀ ਆਪਣੀ ਈਟੀਟੀ ਯੂਨੀਅਨ ਹੈ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਪਹਿਲਾਂ 23 64 ਨਿਰੋਲ ਈਟੀਟੀ ਕੰਪਲੀਟ ਕਰਾਵਾਂਗੇ ਫਿਰ ਅਸੀਂ ਕਰਾਵਾਂਗੇ 66 ਠੀਕ ਹੈ ਤਾਂ ਹੁਣ ਦੇਖੋ ਇਹ ਡਿਪਾਰਟਮੈਂਟ ਦੇ ਹੱਥ ਹੈ ਕਿ ਉਹ 23 ਚੋਂ ਨੂੰ ਕਿਸ ਤਰ੍ਹਾਂ ਪੂਰੀ ਕਰਨਾ ਚਾਹੁੰਦਾ ਪਰ ਇਹ ਨਾ ਸੋਚੋ ਕਿ 23 ਚੋਂ ਪਰਤੀ ਰੱਦ ਹੋਵੇਗੀ ਰੱਦ ਨਹੀਂ ਹੋਣ ਵਾਲੀ ਹੈਗੀ ਠੀਕ ਹੈ ਕਿਉਂਕਿ ਡਿਪਾਰਟਮੈਂਟ ਨੇ ਆਲਰੇਡੀ ਇਸ ਦੇ ਲਈ ਜਿਹੜੀ ਰਿਵਿਊ ਫਾਈਲ ਕੀਤੀ ਹੈ ਤਾਂ ਕਿ ਪਰਤੀ ਜਿਹੜੇ ਜਲਦੀ ਕੰਪਲੀਟ ਕੀਤੀ ਜਾਵੇ ਮੈਂ ਜਾਣਦੀ ਆ ਕਿ ਵੀਡੀਓ ਥੋੜੀ ਲੰਬੀ ਜਾ ਰਹੀ ਆ ਪਰ ਤੁਹਾਡਾ ਕੱਲਾ ਕੱਲਾ ਡਾਊਟ ਜਿਹੜਾ ਵੀਡੀਓ ਦੇ ਵਿੱਚ ਕਲੀਅਰ ਹੋ ਜਾਵੇਗਾ ਤਾਂ ਇਸ ਕਰਕੇ ਵੀਡੀਓ ਤੇ ਐਂਡ ਤੱਕ ਬਣੇ ਰਹੋ ਠੀਕ ਹੈ ਤਾਂ ਸੈਕੰਡ ਗੱਲ ਕਰ ਲੈਣੇ ਅੱਗੇ ਹੁਣ 23 ਚੋਂ ਤੇ 6835 ਭੱਤੀ ਪੂਰੀ ਹੋਵੇਗੀ ਵੀ ਜੇ ਨਾ ਤਾਂ ਮੈਂ ਤੁਹਾਨੂੰ ਦੱਸ ਜਰੂਰ ਹੋਵੇਗੀ ਪੂਰੀ ਤੇ ਕਦੋਂ ਤੱਕ ਜੁਆਇਨਿੰਗ ਹੋਏਗੀ ਦੇਖੋ ਆਪਾਂ ਨੂੰ ਪਤਾ ਹੈ ਕਿ ਜਿਹੜਾ ਹਾਈ ਕੋਰਟ ਦਾ 6835 ਦਾ ਕੇਸ ਲੱਗਿਆ ਹੋਇਆ ਹੈ ਉਸ ਦੀ 30 ਮਾਰਚ ਨੂੰ ਸੁਣਵਾਈ ਹੈ ਠੀਕ ਹੈ 30 ਮਾਰਚ ਆ ਸ਼ਾਇਦ ਠੀਕ ਹੈ 30 ਮਾਰਚ ਨੂੰ ਸੁਣਵਾਈ ਹੈ ਦੇਖੋ 30 ਮਾਰਚ ਤੋਂ ਪਹਿਲਾਂ ਪਹਿਲਾਂ ਤਾਂ ਜੁਆਇ ਗੱਲ ਕਰ ਲਈ 30 ਮਾਰਚ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੈ ਕਿ ਨਵੇਂ ਸੈਸ਼ਨ ਸ਼ੁਰੂ ਹੋਣਗੇ ਸਕੂਲਾਂ ਦੇ ਵਿੱਚ April ਠੀਕ ਹੈ April ਦੇ ਵਿੱਚ ਤੇ ਆਪਾਂ ਨੂੰ ਪਤਾ ਹੈ ਕਿ ਟੀਚਰਾਂ ਦੀ ਹੈਗੀ ਹੈ ਪੰਜਾਬ ਦੇ ਵਿੱਚ ਕਮੀ ਠੀਕ ਹੈ ਘਾਟ ਪਾਈ ਜਾ ਰਹੀ ਹੈ ਟੀਚਰਾਂ ਦੀ ਉਹ ਵੀ ਪ੍ਰਾਇਮਰੀ ਟੀਚਰਾਂ ਦੀ ਕਿਉਂ ਪਾਈ ਜਾ ਰਹੀ ਹੈ ਮੈਂ ਤੁਹਾਨੂੰ ਦੱਸਿਆ ਸੀ ਪਿਛਲੀ ਵੀਡੀਓ ਦੇ ਵਿੱਚ ਕਿ ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਪ੍ਰੋਮੋਟ ਹੋ ਕੇ ਆਪਣਾ ਹਾਇਰ ਕਲਾਸਸ ਦੇ ਵਿੱਚ ਜਾ ਰਹੇ ਨੇ ਤਾਂ ਇਸ ਕਰਕੇ ਕਿਹਨਾਂ ਦੀ ਲੋੜ ਹੈ ਉਹ ਹੈਗੇ ਜੀ ਟੀਚਰਾਂ ਦੀ ਜ਼ਰੂਰਤ ਠੀਕ ਹੈ ਟੀਚਰਾਂ ਦੀ ਜ਼ਰੂਰਤ ਹੈ ਹੁਣ ਸਕੂਲਾਂ ਦੇ ਵਿੱਚ ਤਾਂ ਹੁਣ ਦੇਖੋ ਜਿਹੜੀ ਅਪ੍ਰੈਲ ਦੀ ਸਟਾਰਟਿੰਗ ਹੈ ਆਪਾਂ ਇਹ ਕਹਿ ਸਕਦੇ ਆਪ੍ਰੈਲ ਦੇ ਐਂਡ ਤੋਂ ਪਹਿਲਾਂ ਪਹਿਲਾਂ ਜਿਹੜੀ ਜੁਆਇਨਿੰਗ ਪੋਸੀਬਲ ਹੈਗੀ ਹੈ ਉਹ ਕਿਵੇਂ ਪੋਸੀਬਲ ਹੈ ਜੇਕਰ ਆਪਣੀ ਮੰਗ ਸਰਕਾਰ ਕੋਲ ਰੱਖੀ ਜਾਵੇ ਠੀਕ ਹੈ ਦੇਖੋ ਮੁੱਦਾ ਹੁਣ ਇਹ ਨਹੀਂ ਹੋਣਾ ਚਾਹੀਦਾ ਕਿ ਓਵਰੇਜ ਨੂੰ ਕੱਢੋ ਓਵਰੇਜ ਨੂੰ ਰੱਖੋ ਜਾਂ ਬੀਏਡ ਨੂੰ ਕੱਢੋ ਬੀਏਡ ਨੂੰ ਰੱਖੋ ਮੁੱਦਾ ਇਹ ਹੁਣ ਇਹ ਹੋਣਾ ਚਾਹੀਦਾ ਹੈ ਕਿ ਪਰਤਿਆਂ ਦੀ ਸਟੇਜ ਤੋੜੋ ਠੀਕ ਹੈ ਕਿਉਂਕਿ ਜੇਕਰ ਪਰਤਿਆਂ ਦੀ ਸਟੇ ਟੁੱਟਦੀ ਹੈ ਪਰਤੀ ਕੰਪਲੀਟ ਹੋਣ ਨੂੰ ਦੇਰ ਨਹੀਂ ਲੱਗਣੀ ਹੈਗੀ ਠੀਕ ਹੈ ਤਾਂ ਇਹ ਪੁਆਇੰਟ ਤੁਸੀਂ ਕਲੀਅਰ ਰੱਖੋ ਇਸ ਕਰਕੇ ਜਿਹੜਾ ਆਲੇ ਦੁਆਲੇ ਦੀ ਹੈ ਜਿਹੜੀਆਂ ਬੇਫਾਲਤੂ ਗੱਲਾਂ ਨੇ ਉਹਨਾਂ ਤੇ ਧਿਆਨ ਨਾ ਰੱਖਣ ਦੀ ਬਜਾਏ ਠੀਕ ਹੈ ਤੁਸੀਂ ਆਪਣਾ ਜਿਹੜਾ ਹੈ ਪਰਤਿਆਂ ਨੂੰ ਸਟੇ ਤੜਾਉਣ ਦੀ ਕੋਸ਼ਿਸ਼ ਕਰੋ ਠੀਕ ਹੈ ਜਦੋਂ ਹੀ ਸਟੇ ਟੁੱਟਦੀ ਆ ਭਰਤੀ ਕੰਪਲੀਟ ਹੋ ਜੇਗੀ ਇਹ ਤੁਹਾਨੂੰ ਗਰੰਟੀ ਦੇ ਨਾਲ ਆਪਾਂ ਕਹਿ ਸਕਦੇ ਆ ਆਰਾਮ ਨਾਲ ਤਾਂ ਇਸ ਕਰਕੇ ਦੇਖੋ ਜੁਆਇਨਿੰਗ ਡਿਪੈਂਡ ਹੈ ਸਟੇ ਤੇ ਠੀਕ ਹੈ ਤੇ ਯੂਨੀਅਨ ਵੱਲੋਂ 17 ਤਰੀਕ ਨੂੰ ਆਪਾਂ ਨੂੰ ਪਤਾ ਹੈ ਮਹਾਸਭਾ ਕੀਤੀ ਜਾ ਰਹੀ ਹੈ ਜਿਸਟਰ ਜਿਸਟਰ 236635 ਨੂੰ ਪੂਰੀ ਕਰਾਉਣ ਦੇ ਹੀ ਲਈ ਠੀਕ ਹੈ ਤਾਂ ਇਸ ਕਰਕੇ ਤੁਸੀਂ ਵੀ ਜਰੂਰ ਉਹਨਾਂ ਦਾ ਸਾਥ ਦਿਓ ਆਪਣੀਆਂ ਭਰਤੀਆਂ ਜਿਹੜੀਆਂ ਨੇ 236635 ਚਾਹੇ ਉਹ ਕੋਈ ਵੀ ਕੈਂਡੀਡੇਟ ਹੈ ਠੀਕ ਹੈ ਉਸ ਨੂੰ ਜਿਹੜਾ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਭਰਤੀਆਂ ਨੂੰ ਕੰਪਲੀਟ ਕਰਨ ਦੇ ਵਿੱਚ ਹੁਣ ਜਸਟ ਕੰਮ ਆਰ ਪਾਰ ਦਾ ਰਹਿ ਚੁੱਕਿਆ ਹੈ ਠੀਕ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਾਉਂਸਲਿੰਗ ਹੋ ਚੁੱਕੀ ਹੈ ਸਕਰੂਟਨੀਆ ਹੋ ਚੁੱਕੀਆਂ ਨੇ ਜਸਟ ਜਸਟ ਜੁਆਇਨਿੰਗ ਲੈਟਰ ਰਹਿੰਦੇ ਨੇ ਤੇ ਦੇਖੋ ਜਿਹੜੇ ਗੱਲ ਕੈਂਡੀਡੇਟ ਸੈਕੰਡ ਲਿਸਟ ਦੀ ਗੱਲ ਕਰ ਰਹੇ ਨੇ ਉਸਤੇ ਵੀ ਆਪਾਂ ਆਵਾਂਗੇ ਅੱਗੇ ਪਹਿਲਾਂ ਤੁਸੀਂ ਇਹ ਵਲੇ ਪੁਆਇੰਟ ਕਲੀਅਰ ਕਰ ਲਓ ਠੀਕ ਹੈ ਜੁਆਇਨਿੰਗ ਜਿਹੜੀ ਹੈ ਜਲਦੀ ਹੋਣ ਵਾਲੀ ਹੈ ਆਪਾਂ ਇਹ ਕਹਿ ਸਕਦੇ ਆ ਕਿ ਇੱਕ ਦੋ ਮਹੀਨੇ ਦੇ ਅੰਦਰ ਅੰਦਰ ਜਿਹੜਾ ਜਿੰਨੇ ਵੀ ਕੈਂਡੀਡੇਟਸ ਨੇ ਛਾਰਟ 35 ਦੇ ਉਹ ਟੀਚਰ ਲੱਗ ਜਾਣਗੇ ਠੀਕ ਹੈ ਹਾਲਾਂਕਿ 23 ਚੌਂਟ ਦੀ ਵੀ ਆਪਾਂ ਨਾਲ ਲੈ ਕੇ ਚੱਲ ਰਹੇ ਹਾਂ ਬਸ ਮੈਂ 23 ਚੌਂਟ ਤੇ ਜ਼ਿਆਦਾ ਬੋਲਣਾ ਨਹੀਂ ਚਾਹ ਰਹੀ ਕਿਉਂਕਿ ਆਪਾਂ ਇਸ ਨੂੰ ਅਜੇ ਡਾਊਟ ਦੇ ਵਿੱਚ ਲੈ ਕੇ ਚੱਲ ਰਹੇ ਹਾਂ ਬੀਐਡ ਕਰਕੇ ਕਿਉਂਕਿ ਇਹ ਜਿਹੜਾ ਨੋਟੀਫਿਕੇਸ਼ਨ ਹੈ ਨਾ 23 ਚੌਂਟ ਦਾ 23 ਜੂਨ ਦੇ ਨੋਟੀਫਿਕੇਸ਼ਨ ਦੇ ਅਕੋਰਡਿੰਗ ਜਿਹੜੀ ਹੈ ਬੀਐਡ ਆ ਸਕਦੀ ਹੈ ਠੀਕ ਹੈ 23 ਜੂਨ ਦੇ ਵਿੱਚ ਬਾਕੀ ਆਵੇ ਨਾ ਆਵੇ ਆਪਾਂ ਇਸ ਤੇ ਕੁਝ ਨਹੀਂ ਕਹਿੰਦੇ ਫਿਲਹਾਲ ਇਸ ਨੂੰ ਆਪਾਂ ਪੈਂਡਿੰਗ ਲੈ ਕੇ ਚੱਲ ਰਹੇ ਹਾਂ ਠੀਕ ਹੈ ਕੋਸ਼ਿਸ਼ ਹੋਹੀ ਹੈ ਕਿ 23 ਜੂਨ ਨੂੰ ਪਹਿਲਾਂ ਕੰਪਲੀਟ ਕੀਤਾ ਜਾਵੇ ਫਿਰ 28 31 ਨੂੰ ਕੰਪਲੀਟ ਕੀਤਾ ਜਾਵੇ ਉਸ ਤੋਂ ਬਾਅਦ ਗੱਲ ਕਰ ਲਈਏ 5994 ਦੀ ਤਾਂ ਬਹੁਤ ਸਾਰੇ ਕੈਂਡੀਡੇਟਸ ਦੇ ਕਮੈਂਟਸ ਹਨ ਕਿ 5994 ਕਦੋਂ ਤੱਕ ਆਊਟ ਹੋਵੇਗੀ ਤਾਂ ਦੇਖੋ 1 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਜਿਹੜਾ ਤੁਹਾਨੂੰ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜੇਗਾ ਜਸਟ ਇਸ ਹਫਤੇ ਵੀ ਆ ਸਕਦਾ ਹੈ ਨੋਟੀਫਿਕੇਸ਼ਨ ਠੀਕ ਹੈ 12ਵੀਂ ਹੋਣੀ ਚਾਹੀਦੀ ਹੈ ईटीटी प्लस पीटीटी 1 ਕਲੀਅਰ ਹੋਣਾ ਚਾਹੀਦਾ ਹੈ ਤਾਂ ਤੁਸੀਂ ਇੱਕ ਪ੍ਰਾਇਮਰੀ ਟੀਚਰ ਲੱਗ ਸਕਦੇ ਹੋ ਪੰਜਾਬ ਦੇ ਵਿੱਚ ਠੀਕ ਹੈ ਤਾਂ ਜਿਹੜਾ 5994 ਦਾ ਨੋਟੀਫਿਕੇਸ਼ਨ ਹੈ ਉਸ ਦੇ ਵਿੱਚ ਬੀਏ ਨਹੀਂ ਹੋਣ ਵਾਲੀ ਹੈਗੀ ਜਸਟ ਉਹ ਜਸਟ ਪਲੱਸ 2 ਹੀ ਹੋਵੇਗੀ ਠੀਕ ਹੈ ਤਾਂ ਇਸ ਗੱਲ ਤੇ ਤੁਸੀਂ ਜਰੂਰ ਆਪਣਾ ਉਹ ਧਿਆਨ ਰੱਖ ਸਕਦੇ ਹੋ ਜਲਦੀ ਹੀ ਆਪਣਾ ਜਿਹੜਾ ਨੋਟੀਫਿਕੇਸ਼ਨ ਆਪਾਂ ਨੂੰ ਦੇਖਣ ਨੂੰ ਮਿਲ ਜੇਗਾ ਤੇ ਉਸ ਤੋਂ ਬਾਅਦ ਗੱਲ ਕਰ ਲਈਏ ਸੈਕੰਡ ਲਿਸਟ ਦੀ ਤਾਂ ਸੈਕੰਡ ਲਿਸਟ 635 ਦੀ ਜਲਦੀ ਆਵੇਗੀ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਦੇਖੋ ਜਿਹੜੀ ਆਪਣੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਉਹਨੇ ਜਿਹੜਾ ਆਪਣਾ ਪ੍ਰੋਸੈਸ ਹੈ ਉਹ ਸ਼ੁਰੂ ਕਰਨਾ ਹੈ ਹੁਣ ਦੇਖੋ ਜਿਹੜੀ ਸਰਕਾਰ ਹੈ ਉਸ ਦੇ ਕੋਲ ਮੰਗਾਂ ਰੱਖੀਆਂ ਜਾਣਗੀਆਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਵੀ ਡਿਪਾਰਟਮੈਂਟ ਹੈ ਚਾਹੀ ਆਪਣਾ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਹੋਰ ਡਿਪਾਰਟਮੈਂਟ ਹੈ ਜਿੰਨੀਆਂ ਵੀ ਭਰਤੀਆਂ ਰੁਕੀਆਂ ਹੋਈਆਂ ਨੇ ਉਹ ਸਾਰੀਆਂ ਸਰਕਾਰ ਦੇ ਕੋਲ ਜਿਹੜੀਆਂ ਨੇ ਮੰਗ ਕੀਤੀ ਜਾਵੇਗੀ ਉਹਨਾਂ ਨੂੰ ਪੂਰੀ ਕਰਨ ਦੀ ਤੇ ਡਿਪਾਰਟਮੈਂਟ ਵੀ ਚਾਹੁੰਦਾ ਹੈ ਕਿ ਜਲਦੀ ਤੋਂ ਜਲਦੀ ਪ੍ਰੋਸੈਸ ਸ਼ੁਰੂ ਹੋ ਕੇ ਭਰਤੀਆਂ ਕੰਪਲੀਟ ਹੋਣ ਕਿਉਂਕਿ ਦੇਖੋ ਤੁਸੀਂ ਆਪ ਸਮਝਦਾਰ ਹੋ ਕਿੰਨੀ ਜ਼ਿਆਦਾ ਸਿਰਦਰਦੀ ਬਣ ਚੁੱਕੀ ਹੈ ਭਰਤੀਆਂ ਨੂੰ ਲੈ ਕੇ ਤਾਂ ਬੱਸ ਹੁਣ ਤੁਸੀਂ ਇਹ ਸਮਝੋ ਕਿ ਜਿਹੜਾ ਕੰਮ ਆ ਬਹੁਤ ਜਲਦੀ ਨਿਬੜਨ ਵਾਲਾ ਹੈ ਠੀਕ ਹੈ ਬਾਕੀ ਤੁਸੀਂ ਦੇਖੋ ITT ਯੂਨੀਅਨ ਦਾ ਤੇ ਜਿਹੜੀ ਰਾਜਸਥਾਨ ਵਾਲੀ BSTC ਵਾਲੀ ਯੂਨੀਅਨ ਹੈ ਠੀਕ ਹੈ ਉਹਨਾਂ ਦਾ ਪੂਰਾ ਪੂਰਾ ਸਾਥ ਦਿਓ ਕਿਉਂਕਿ ਦੇਖੋ ਮੈਂ ਦੇਖੋ ਮੇਰੀ ਵੀਡੀਓ ਚਾਹੇ ਕੋਈ ਮਾਸਟਰ ਕੈਡਰ ਵਾਲਾ ਦੇਖ ਰਿਹਾ ਚਾਹੇ ਕੋਈ ITT ਦਾ ਕੈਂਡੀਡੇਟ ਦੇਖ ਰਿਹਾ ਚਾਹੇ ਕੋਈ ITT ਅਪੀਅਰਿੰਗ ਵਾਲਾ ਦੇਖ ਰਿਹਾ ਠੀਕ ਹੈ ਕੋਈ ਵੀ ਕੈਂਡੀਡੇਟ ਦੇਖ ਰਿਹਾ ਹੈ ਮੇਰੀ ਕਿਸੇ ਨਾਲ ਕੋਈ ਨਿੱਜੀ ਨੂੰ ਦੁਸ਼ਮਣੀ ਨਹੀਂ ਹੈਗੀ ਠੀਕ ਹੈ ਕਿ ਮੈਂ BR ਨੂੰ ਗਲਤ ਕਹਾ ਜਾਂ ਮੈਂ ITT ਨੂੰ ਸਹੀ ਕਹਾ ਤਾਂ ਮੈਂ ਤੁਹਾਨੂੰ ਬਸ ਇੱਕੋ ਇੱਕ ਗੱਲ ਕਹ ਤੁਸੀਂ ਆਪ ਸੋਚੋ ਕਿ ਜੇਕਰ ਮੰਨ ਲਓ ਬੀਐਡ ਐਲੀਜੀਬਲ ਹੁੰਦੀ ਹੈ ਠੀਕ ਹੈ ਤਾਂ ਬੀਐਡ ਦੇ ਲਈ ਤਾਂ ਦੋ ਦੋ ਜਗ੍ਹਾ ਰਸਤੇ ਖੁੱਲ ਜਾਣਗੇ ਪ੍ਰਾਇਮਰੀ ਦੇ ਵਿੱਚ ਵੀ ਉਹਨਾਂ ਦੀ ਆਪਣੀ ਹਾਇਰ ਕਲਾਸਿਸ ਦੇ ਵਿੱਚ ਵੀ ਤਾਂ ਫਿਰ ਕੰਪੀਟੀਸ਼ਨ ਕਿੰਨਾ ਦਾ ਵਧ ਰਿਹਾ ਹੈ ਪ੍ਰਾਇਮਰੀ ਟੀਚਰਾਂ ਦਾ ਫਿਰ ਉਹ ਵਿਚਾਰੇ ਕਿੱਥੇ ਜਾਣ ਤੁਸੀਂ ਆਪ ਸੋਚੋ ਕਿ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ 2 ਸਾਲ ਦੀ ਈਟੀਟੀ ਕੀਤੀ ਪੀਟੈਟ 1 ਕਲੀਅਰ ਕੀਤਾ ਫਿਰ ਸਰਕਾਰ ਦੇ ਅਕੋਰਡਿੰਗ ਦੂਜਾ ਪੇਪਰ ਵੀ ਕਲੀਅਰ ਕੀਤਾ ਤੇ ਆਖਿਰ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਜੁਆਇਨਿੰਗ ਦੀ ਤਾਂ ਇਹ ਕੇਸ ਲਗਾ ਦਿੰਦੇ ਨੇ ਠੀਕ ਹੈ ਤਾਂ ਇਹ ਗੱਲ ਗਲਤ ਹੈ ਆਪਨਾ ਕਿਸੇ ਨੂੰ ਇਹ ਨਹੀਂ ਕਹਿੰਦੇ ਹੈਗੇ ਆਪਾਂ ਕਿ ਤੁਸੀਂ ਗਲਤ ਹੋ ਪਰ ਜੋ ਸੱਚ ਹੈ ਤਾਂ ਉਹ ਸੱਚ ਹੈ ਠੀਕ ਹੈ ਹੋ ਸਕਦਾ ਹੈ ਮੇਰੀ ਗੱਲ ਕਈਆਂ ਕੋਈ ਮੇਰੀ ਗੱਲ ਨਾਲ ਸਹਿਮਤ ਨਾ ਹੋਣ ਪਰ ਦੇਖੋ ਜੋ ਸੱਚ ਹੈ ਉਹ ਸੱਚ ਹੈ ਠੀਕ ਹੈ ਤਾਂ ਇਸ ਕਰਕੇ ਬਾਕੀ ਤੁਹਾਡੇ ਵੱਲੋਂ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਆਪਣਾ ਉਹ ਵਿਚਾਰ ਰੱਖ ਸਕਦੇ ਹੋ ਪਰਤیاں ਜਿਹੜੀਆਂ ਨੇ ਹੁਣ ਜਲਦੀ ਹੀ ਸਿਰੇ ਚੜਨਗੀਆਂ ਠੀਕ ਹੈ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਡਾ ਇਕਲਾ ਇਕਲਾ ਡਾਊਟ ਕਲੀਅਰ ਕਰਾਂ ਇਸ ਵੀਡੀਓ ਦੇ ਵਿੱਚ ਆਈ ਹੋਪ ਕਿ ਤੁਹਾਡਾ ਹਰੇਕ ਪੁਆਇੰਟ ਜਿਹੜਾ ਕਲੀਅਰ ਹੋ ਗਿਆ ਹੋਵੇਗਾ ਫਿਰ ਵੀ ਜੇਕਰ ਕੋਈ ਕੁਐਸਚਨ ਜਾਂ ਡਾਊਟ ਹੋਵੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਗੱਲ ਕਰ ਲਈਏ ਦੇਖੋ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਜ਼ਿਆਦਾ ਜਿਹੜੀਆਂ ਹੈਲਪਫੁਲ ਵੀਡੀਓਜ਼ ਨੇ ਉਹ ਤੁਹਾਨੂੰ ਇਸ ਚੈਨਲ ਤੋਂ ਮਿਲਦੀਆਂ ਰਹਿਣਗੀਆਂ ਤੇ ਜੇਕਰ ਵੀਡੀਓ ਵਧੀਆ ਤੇ ਇਨਫੋਰਮੇਸ਼ਨ ਵਾਲੀ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈ ਠੀਕ ਹੈ ਤੇ ਆਪਣਾ ਜਿਹੜਾ 8TT ਦੀ ਛਾੜ 35 ਦੀ ਭਰਤੀਆਂ ਨੇ ਤੇ 23 ਚੌਣ ਦੀ ਭਰਤੀਆਂ ਨੇ ਇਹਨਾਂ ਨੂੰ ਕੰਪਲੀਟ ਕਰਾਉਣ ਦੇ ਲਈ ਯੂਨੀਅਨ ਜਿਹੜੀਆਂ ਮਹਾਸਭਾ ਕਰ ਰਹੀ ਹੈ 17 ਤਰੀਕ ਨੂੰ ਲੁਧਿਆਣਾ ਵਿਖੇ ਜਿਹੜੇ ਜਿਹੜੇ ਕੈਂਡੀਡੇਟਸ ਕੋਲ ਟਾਈਮ ਹੈਗਾ ਉਹ ਜ਼ਰੂਰ ਜਾਓ ਤੇ ਜਿਨ੍ਹਾਂ ਕੋਲ ਨਹੀਂ ਹੈਗਾ ਉਹ ਟਾਈਮ ਕੱਢ ਕੇ ਜਾਓ ਠੀਕ ਹੈ ਕਿਉਂਕਿ ਦੇਖੋ ਹੁਣ ਕੰਮ ਸਿਰਫ ਆਰ ਪਾਰ ਦਾ ਹੈ ਭਰਤੀਆਂ ਜਿਹੜੀਆਂ ਨੇ ਛੇਤੀ ਕੰਪਲੀਟ ਹੋਣਗੀਆਂ ਬਹੁਤ ਸਾਰੇ ਕੈਂਡੀਡੇਟਸ ਦੇ ਜਿਸ ਤਰ੍ਹਾਂ ਦੇ ਦੇਖੋ 23 64 ਤੁਸੀਂ ਆਪ ਸੋਚੋ 23 64 ਭਰਤੀ ਨੂੰ ਰੁਕੇ ਹੋਏ ਕਿੰਨਾ ਟਾਈਮ ਹੋ ਗਿਆ ਕਿੰਨੀ ਮਾਨਸਿਕ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਕੈਂਡੀਡੇਟਸ ਨੂੰ ਜਿਹੜੇ ਕੈਂਡੀਡੇਟ 23 64 ਦੇ ਵਿੱਚ ਵੀ ਸਿਲੈਕਟ ਨਹੀਂ ਠੀਕ ਹੈ ਮੰਨ ਲਓ 68 35 ਦੇ ਵਿੱਚ ਸਿਲੈਕਟ ਨੇ ਉਹਨਾਂ ਕੈਂਡੀਡੇਟਸ ਦੀ ਸਿਚੁਏਸ਼ਨ ਨੂੰ ਇਮੇਜਿਨ ਕਰਕੇ ਦੇਖੋ ਕਿ ਦੋ ਦੋ ਭਰਤੀਆਂ ਦੇ ਵਿੱਚ ਪੇਪਰ ਕਲੀਅਰ ਕਰਨ ਤੋਂ ਬਾਅਦ ਮੈਰਿਟ ਲਿਸਟ ਦੇ ਵਿੱਚ ਆਉਣ ਤੋਂ ਬਾਅਦ ਕਾਉਂਸਲਿੰਗ ਕਰਾਉਣ ਤੋਂ ਬਾਅਦ ਵੀ ਜੁਆਇਨਿੰਗ ਜੇਕਰ ਨਹੀਂ ਹੋ ਰਹੀ ਤਾਂ ਉਹ ਕੈਂਡੀਡੇਟ ਤੇ ਕੀ ਬੀਤਰੀ ਹੋਵੇਗੀ ਤਾਂ ਇਸ ਕਰਕੇ 635 ਦੀ ਜਿਹੜੀ ਸਟੇ ਆ ਉਸ ਨੂੰ ਜਲਦੀ ਤੋਂ ਜਲਦੀ ਤੜਵਾਣੀ ਚਾਹੀਦੀ ਹੈ ਜਦੋਂ ਹੀ ਸਟੇ ਟੁੱਟਦੀ ਹੈ ਭਰਤੀ ਤੋਂ ਕੰਪਲੀਟ ਹੋਣ ਨੂੰ ਟਾਈਮ ਹੀ ਲੱਗਣਾ ਹੈਗਾ ਜੁਆਇਨਿੰਗ ਲੈਟਰ ਤੁਹਾਡੇ ਹੱਥ ਦੇ ਵਿੱਚ ਹੋਣਗੇ ਠੀਕ ਹੈ ਤਾਂ ਇਸ ਕਰਕੇ ਮੇਨ ਮੁੱਦਾ ਹੁਣ ਸਿਰਫਰ ਸਿਰਫ ਸਟੇ ਤੜਵਾਉਣਾ ਹੋਣਾ ਚਾਹੀਦਾ ਹੈ 635 ਦਾ ਠੀਕ ਹੈ 2364 ਵੀ ਕੰਪਲੀਟ ਹੋਵੇਗੀ 2364 ਵਾਲੇ ਵੀ ਫਿਕਰ ਨਾ ਕਰੋ ਠੀਕ ਹੈ ਬਸ ਉਹਦਾ ਹਜੇ ਥੋੜਾ ਆਪਾਂ ਪੈਂਡਿੰਗ ਲੈ ਕੇ ਚੱਲ ਰਹੇ ਹਾਂ ਕਿਉਂਕਿ ਡਿਪਾਰਟਮੈਂਟ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਸ ਤਰ੍ਹਾਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸੀ ਉਸੇ ਤਰ੍ਹਾਂ ਭਰਤੀ ਕੰਪਲੀਟ ਹੋਵੇਗੀ ਤਾਂ ਇਹ ਉਹ ਕੰਪਲੀਟ ਹੋਣਗੀਆਂ ਬਿਲਕੁਲ ਉਮੀਦ ਰੱਖੋ ਤੁਸੀਂ ਠੀਕ ਹੈ ਬਹੁਤ ਸਾਰੇ ਕੈਂਡੀਡੇਟਸ ਉਮੀਦ ਹਾਰ ਗਏ ਨੇ ਮੈਨੂੰ ਪਤਾ ਹੈ ਦੇਖੋ ਸਾਰਿਆਂ ਨਾਲ ਹੀ ਹੈ ਤੁਸੀਂ ਇਕੱਲੇ ਨਹੀਂ ਹੈਗੇ ਜਸਟ ਈਟੀਟੀ ਦੀ ਭਰਤੀ ਨਹੀਂ ਹੈਗੀ ਤੁਸੀਂ ਦੇਖੋ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਹੋ ਗਈ ਠੀਕ ਹੈ ਜੇਲ੍ਹ ਵਾਰਡਨ ਵਿਭਾਗ ਦੀ ਹੋ ਗਈ ਐਫਸੀਆਈ ਦੀ ਹੋ ਗਈ ਕਿੰਨੀਆਂ ਹੀ ਪੋਸਟਾਂ ਜਿਹੜੀਆਂ ਨੇ ਪੈਂਡਿੰਗ ਪਈਆਂ ਨੇ ਹਰੇਕ ਕੋਈ ਚਾਹੁੰਦਾ ਹੈ ਕਿ ਮੇਰੀਆਂ ਜਿਹੜੀਆਂ ਭਰਤੀਆਂ ਨੇ ਉਹ ਕੰਪਲੀਟ ਹੋਣ ਤਾਂ ਤੁਸੀਂ ਇਕੱਲੇ ਨਹੀਂ ਹੈਗੇ ਇਸ ਕਰਕੇ ਹਿੰਮਤ ਰੱਖੋ ਪੋਸਟਾਂ ਜਿਹੜੇ ਨੇ ਜ਼ਰੂਰ ਕੰਪਲੀਟ ਹੋਣੀਆਂ ਬਸ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਟੇ ਤੜਾਈ ਜਾਵੇ ਠੀਕ ਹੈ ਜਦੋਂ ਹੀ ਸਟੇ ਟੁੱਟਦੀ ਹੈ ਭਰਤੀ ਜਿਹੜੀ ਕੰਪਲੀਟ ਹੋ ਜੇਗੀ ਹੁਣ ਬਸ ਫਿਲਹਾਲ ਵੇਟ ਕਰੋ ਤੁਸੀਂ 30 ਮਾਰਚ ਦੀ ਹਾਈ ਕੋਰਟ ਦੀ ਕਿਉਂਕਿ ਆਪਾਂ ਨੂੰ ਸੁਪਰੀਮ ਕੋਰਟ ਦਾ ਫੈਸਲਾ ਇੱਕ ਹਿਸਾਬ ਨਾਲ ਮਿਲ ਚੁੱਕਿਆ ਹੈ ਉਹਨਾਂ ਵੱਲੋਂ ਤਾਂ ਇਹ ਗੱਲ ਕਹੀ ਗਈ ਹੈ ਕਿ ਜਿੰਨੀਆਂ ਵੀ ਭਰਤੀਆਂ ਨੇ ਸੁਪਰੀਮ ਕੋਰਟ ਦੇ ਅਧੀਨ ਹੋਣਗੀਆਂ ਬਾਅਦ ਦੇ ਵਿੱਚ ਜਿਹੜਾ ਵੀ ਕੋਈ ਫੈਸਲਾ ਆਉਂਦਾ ਸੁਪਰੀਮ ਕੋਰਟ ਦਾ ਉਹ ਇੰਨਾਂ ਭਰਤੀਆਂ ਤੇ ਲਾਗੂ ਹੋਵੇਗਾ ਚਾਹੇ 6 35 ਹੋਵੇ ਚਾਹੇ 23 24 ਹੋਵੇ ਠੀਕ ਹੈ ਤਾਂ ਇਹ ਹੀ ਸੀਗੀ ਅੱਜ ਦੀ ਵੀਡੀਓ ਆਈ ਹੋਪ ਵੀਡੀਓ ਵਧੀਆ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਡਿਸਕ੍ਰ ਉਸ ਦਾ ਟੈਲੀਗ੍ਰam ਗਰੁੱਪ ਦਾ ਲਿੰਕ ਦਿੱਤਾ ਗਿਆ ਹੈ ਤੁਸੀਂ ਜਾ ਕੇ ਜਰੂਰ ਜੁਆਇਨ ਕਰੋ ਟੈਲੀਗ੍ਰam ਗਰੁੱਪ ਨੂੰ ਠੀਕ ਹੈ ਭਰਤੀਆਂ ਨੂੰ ਲੈ ਕੇ ਕੋਈ ਵੀ ਲੇਟੈਸਟ ਅਪਡੇਟ ਹੋਵੇ ਟਾਈਮ ਟੂ ਟਾਈਮ ਅਪਡੇਟ ਲੈਣ ਦੇ ਲਈ ਤੁਸੀਂ ਟੈਲੀਗ੍ਰam ਗਰੁੱਪ ਨੂੰ ਜਰੂਰ ਜੁਆਇਨ ਕਰੋ ਇਹ ਸੀ ਗੈਸ ਦੀ ਵੀਡੀਓ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਥੈਂਕ ਯੂ